ਫੈਮਿਲੀ ਨਾਲ ਇਟਸ ਆਲਵੇਸ ਗੁੱਡ ਕੋਈ ਬੈਡ ਟਾਈਮਸ ਚ ਤੁਸੀਂ ਨਿਕਲਦੇ ਹੋ ਉਸ ਤੋਂ ਬਾਅਦ ਕੋਈ ਪੂਰੀ ਫੈਮਿਲੀ ਦੇ ਨਾਲ ਤੁਸੀਂ ਕਿਤੇ ਵੀ ਜਾਓ ਚਾਹੇ ਮੂਵੀ ਦੇਖਣ ਵੀ ਜਾਓ ਤੁਹਾਨੂੰ ਕੌਨਫੀਡੈਂਸ ਵੀ ਦਿੰਦਾ ਹੈ ਤਾਂ ਫੈਮਿਲੀ ਲਈ ਅੱਛਾ ਵੀ ਹੁੰਦਾ ਬਿਲਕੁਲ ਠੀਕ ਕਾਲਕੀ ਠੀਕ ਵਧੀਆ ਓ ਨੋ ਕਮੈਂਟਸ ਅਜੇ ਨਹੀਂ ਅਜੇ ਹਾਂਜੀ ਬਿਲਕੁਲ ਤੁਸੀਂ ਨਿਕਲਦੇ ਹੋ ਉਸ ਤੋਂ ਬਾਅਦ ਕੋਈ ਪੂਰੀ ਫੈਮਿਲੀ ਦੇ ਨਾਲ ਤੁਸੀਂ ਕਿਤੇ ਵੀ ਜਾਓ ਚਾਹੇ ਮੂਵੀ ਦੇਖਣ ਵੀ ਜਾਓ ਤੁਹਾਨੂੰ ਕੌਨਫੀਡੈਂਸ ਵੀ ਦਿੰਦਾ ਹੈ ਤਾਂ ਫੈਮਿਲੀ ਲਈ ਅੱਛਾ ਵੀ ਹੁੰਦਾ ਬਿਲਕੁਲ ਠੀਕ ਕਾਲਕੀ ਠੀਕ ਵਧੀਆ ਓ ਨੋ ਕਮੈਂਟਸ ਅਜੇ ਨਹੀਂ ਅਜੇ ਹਾਂਜੀ ਬਿਲਕੁਲ ਮੈਂ ਨਾ ਕੈਂਪਸ ਬਹੁਤ ਜ਼ਿਆਦਾ ਕਰਦੀ ਹਾਂ ਸੋ ਉਹਦੇ ਵਿੱਚ ਇਹਦੇ ਬਾਰੇ ਮੈਂ ਲੰਬਾ ਗੱਲ ਕਰ ਲੈਂਦੀ ਹਾਂ ਹਾਂ ਫੈਮਿਲੀ ਨਾਲ ਇਟਸ ਆਲਵੇਸ ਗੁੱਡ ਕੋਈ ਬੈਡ ਟਾਈਮਸ ਚ ਤੁਸੀਂ ਨਿਕਲਦੇ ਹੋ ਉਸ ਤੋਂ ਬਾਅਦ ਕੋਈ ਪੂਰੀ ਫੈਮਿਲੀ ਦੇ ਨਾਲ ਤੁਸੀਂ ਕਿਤੇ ਵੀ ਜਾਓ ਚਾਹੇ ਮੂਵੀ ਦੇਖਣ ਵੀ ਜਾਓ ਤੁਹਾਨੂੰ ਕੌਨਫੀਡੈਂਸ ਵੀ ਦਿੰਦਾ ਹੈ ਤਾਂ ਫੈਮਿਲੀ ਲਈ ਅੱਛਾ ਵੀ ਹੁੰਦਾ ਬਿਲਕੁਲ ਠੀਕ ਕਾਲਕੀ ਠੀਕ ਵਧੀਆ ਓ ਨੋ ਕਮੈਂਟਸ ਅਜੇ ਨਹੀਂ ਅਜੇ ਹਾਂਜੀ ਬਿਲਕੁਲ ਮੈਂ ਨਾ ਕੈਂਪਸ ਬਹੁਤ ਜ਼ਿਆਦਾ ਕਰਦੀ ਹਾਂ ਸੋ ਉਹਦੇ ਵਿੱਚ ਇਹਦੇ ਬਾਰੇ ਮੈਂ ਲੰਬਾ ਗੱਲ ਕਰ ਲੈਂਦੀ ਹਾਂ ਫੈਮਿਲੀ ਨਾਲ ਇਟਸ ਆਲਵੇਸ ਗੁੱਡ ਕੋਈ ਬੈਡ ਟਾਈਮਸ ਚ ਤੁਸੀਂ ਨਿਕਲਦੇ ਹੋ ਉਸ ਤੋਂ ਬਾਅਦ ਕੋਈ ਪੂਰੀ ਫੈਮਿਲੀ ਦੇ ਨਾਲ ਤੁਸੀਂ ਕਿਤੇ ਵੀ ਜਾਓ ਚਾਹੇ ਮੂਵੀ ਦੇਖਣ ਵੀ ਜਾਓ ਤੁਹਾਨੂੰ ਕੌਨਫੀਡੈਂਸ ਵੀ ਦਿੰਦਾ ਹੈ ਤਾਂ ਫੈਮਿਲੀ ਲਈ ਅੱਛਾ ਵੀ ਹੁੰਦਾ ਬਿਲਕੁਲ ਠੀਕ ਕਾਲਕੀ ਠੀਕ ਵਧੀਆ ਓ ਨੋ ਕਮੈਂਟਸ ਅਜੇ ਨਹੀਂ ਅਜੇ ਹਾਂਜੀ ਬਿਲਕੁਲ ਮੈਂ ਨਾ ਕੈਂਪਸ ਬਹੁਤ ਜ਼ਿਆਦਾ ਕਰਦੀ ਹਾਂ ਸੋ ਉਹਦੇ ਵਿੱਚ ਇਹਦੇ ਬਾਰੇ ਮੈਂ ਲੰਬਾ ਗੱਲ ਕਰ ਲੈਂਦੀ ਹਾਂ ਹਾਂ ਫੈਮਿਲੀ ਨਾਲ ਇਟਸ ਆਲਵੇਸ ਗੁੱਡ ਕੋਈ ਬੈਡ ਟਾਈਮਸ ਚ ਤੁਸੀਂ ਨਿਕਲਦੇ ਹੋ ਉਸ ਤੋਂ ਬਾਅਦ ਕੋਈ ਪੂਰੀ ਫੈਮਿਲੀ ਦੇ ਨਾਲ ਤੁਸੀਂ ਕਿਤੇ ਵੀ ਜਾਓ ਚਾਹੇ ਮੂਵੀ ਦੇਖਣ ਵੀ ਜਾਓ ਤੁਹਾਨੂੰ ਕੌਨਫੀਡੈਂਸ ਵੀ ਦਿੰਦਾ ਹੈ ਤਾਂ ਫੈਮਿਲੀ ਲਈ ਅੱਛਾ ਵੀ ਹੁੰਦਾ ਬਿਲਕੁਲ ਠੀਕ ਕਾਲਕੀ ਠੀਕ ਵਧੀਆ ਓ ਨੋ ਕਮੈਂਟਸ ਅਜੇ ਨਹੀਂ ਅਜੇ ਹਾਂਜੀ ਬਿਲਕੁਲ ਮੈਂ ਨਾ ਕੈਂਪਸ ਬਹੁਤ ਜ਼ਿਆਦਾ ਕਰਦੀ ਹਾਂ ਸੋ ਉਹਦੇ ਵਿੱਚ ਇਹਦੇ ਬਾਰੇ ਮੈਂ ਲੰਬਾ ਗੱਲ ਕਰ ਲੈਂਦੀ ਹਾਂ ਹਾਂ ਫੈਮਿਲੀ ਨਾਲ ਇਟਸ ਆਲਵੇਸ ਗੁੱਡ ਕੋਈ ਬੈਡ ਟਾਈਮਸ ਚ ਤੁਸੀਂ ਨਿਕਲਦੇ ਹੋ ਉਸ ਤੋਂ ਬਾਅਦ ਕੋਈ ਪੂਰੀ ਫੈਮਿਲੀ ਦੇ ਨਾਲ ਤੁਸੀਂ ਕਿਤੇ ਵੀ ਜਾਓ ਚਾਹੇ ਮੂਵੀ ਦੇਖਣ ਵੀ ਜਾਓ ਤੁਹਾਨੂੰ ਕੌਨਫੀਡੈਂਸ ਵੀ ਦਿੰਦਾ ਹੈ ਤਾਂ ਫੈਮਿਲੀ ਲਈ ਅੱਛਾ ਵੀ ਹੁੰਦਾ ਬਿਲਕੁਲ ਠੀਕ ਕਾਲਕੀ ਠੀਕ ਵਧੀਆ ਓ ਨੋ ਕਮੈਂਟਸ ਅਜੇ ਨਹੀਂ ਅਜੇ ਹਾਂਜੀ ਬਿਲਕੁਲ ਮੈਂ ਨਾ ਕੈਂਪਸ ਬਹੁਤ ਜ਼ਿਆਦਾ ਕਰਦੀ ਹਾਂ ਸੋ ਉਹਦੇ ਵਿੱਚ ਇਹਦੇ ਬਾਰੇ ਮੈਂ ਲੰਬਾ ਗੱਲ ਕਰ ਲੈਂਦੀ ਹਾਂ